ਹਾਂਜੀ ਸਸੇ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦਾ ਤੁਹਾਡੇ ਨਵੀਂ ਵੀਡੀਓ ਵਿੱਚ ਹੁਣ ਜਿੱਦਾਂ ਕਿ ਤੁਸੀਂ ਦੇਖ ਲਿਆ ਵੀਡੀਓ ਹੈ ਗਿਆ ਲਾਫ ਅਟਰੈਕਸ਼ਨ ਬਾਰੇ ਤੇ ਮੇਨਲੀ ਆਪਾਂ ਤੁਹਾਨੂੰ ਦੱਸਾਂਗੇ ਵੀ ਲਾਫ ਅਟਰੈਕਸ਼ਨ ਕੀ ਚੀਜ਼ ਆ ਕਿਵੇਂ ਇਹ ਵਰਕ ਕਰਦੀ ਆ ਕਿਵੇਂ ਤੁਸੀਂ ਆਪਦੇ ਫਾਇਦੇ ਵਿੱਚ ਯੂਜ਼ ਕਰ ਸਕਦੇ ਹੋ ਇਹ ਚੀਜ਼ ਨੂੰ ਤੇ ਮੈਂ ਤੁਹਾਨੂੰ ਆਪਦਾ ਪਰਸਨਲ ਐਕਸਪੀਰੀਅੰਸ ਦੱਸੂਗਾ ਵੀ ਮੈਂ ਇਹ ਚੀਜ਼ ਯੂਜ਼ ਕਰਕੇ ਕਿਹੜੀ ਕਿਹੜੀ ਚੀਜ਼ ਮੈਨੀਫੈਸਟ ਕੀਤੀ ਆ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਜਿੱਦਾਂ ਦੇ ਤੁਸੀਂ ਆਪੋਂ ਉਦਾਂ ਤੇ ਤੁਹਾਡੇ ਆਲੇ-ਦਾਲੇ ਵਾਲੇ ਸਰਕਮਸਟੈਂਸਸ ਹੋਣਗੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮੈਟਰ ਕਰਦੀ ਆ ਉਹ ਹੈਗੀ ਆ ਤੁਹਾਡੀ ਸੋਚ ਤੁਹਾਡੇ ਵਿਚਾਰ ਤੁਸੀਂ ਇੱਕ ਪੋਜ਼ਿਟਿਵ ਇਨਸਾਨ ਹੋ ਜਾਂ ਕਿ ਨੈਗੇਟਿਵ ਇਨਸਾਨ ਹੈ ਇਹ ਦੋਨਾਂ ਚੋਂ ਜਿਹੜੇ ਵੀ ਹੈਗੇ ਹੋ ਉਸ ਹਿਸਾਬ ਨਾਲ ਹੀ ਤੁਹਾਡੀ ਲਾਈਫ ਹੋਊਗੀ ਉਸ ਹਿਸਾਬ ਨਾਲ ਹੀ ਤੁਹਾਡੇ ਸਰਕਲ ਚ ਬੰਦੇ ਆਉਣਗੇ ਉਸ ਹਿਸਾਬ ਨਾਲ ਹੀ ਹਰੇਕ ਚੀਜ਼ ਦਾ ਤੁਹਾਡਾ ਰਿਐਕਸ਼ਨ ਹੋਊਗਾ ਤੁਹਾਡੇ ਗੱਲਬਾਤ ਕਰਨ ਦਾ ਤਰੀਕਾ ਤੁਹਾਡੇ ਫੈਸਲੇ ਲੈਣ ਦਾ ਤਰੀਕਾ ਤੇ ਓਵਰਆਲ ਤੁਹਾਡੀ ਲਾਈਫ ਜੇ ਤੁਸੀਂ ਪੋਜ਼ਿਟਿਵ ਹੋਵੋਗੇ ਤਾਂ ਪੋਜ਼ਿਟਿਵ ਲਾਈਫ ਹੋਊਗੀ ਤੁਹਾਡੇ ਉਥੇ ਜੇ ਤੁਸੀਂ ਨੈਗੇਟਿਵ ਹੋਵੋਗੇ ਤਾਂ ਤੁਸੀਂ ਨੋਟਿਸ ਕਰੋਗੇ ਤੁਹਾਡੇ ਆਲੇ-ਦਾਲੇ ਵਾਲੇ ਸਰਕਮਸਟੈਂਸਸ ਤੁਹਾਡੇ ਆਲੇ-ਦਾਲੇ ਜੋ ਬੰਦੇ ਨੇ ਉਹ ਵੀ ਨੈਗੇਟਿਵ ਬਣੇ ਤੁਹਾਡੇ ਥੌਟਸ ਇੱਕ ਮੈਗਨੇਟ ਦੀ ਤਰ੍ਹਾਂ ਨੇ ਹਨਾ ਜਿੱਦਾਂ ਕਿ ਇੱਕ ਚੁੰਬਕ ਹੁੰਦੀ ਆ ਜਿੱਦਾਂ ਤੁਸੀਂ ਸੋਚੋਗੇ ਉਹੀ ਚੀਜ਼ ਤੁਹਾਡੀ ਲਾਈਫ ਚ ਆਊਗੀ ਹੁਣ ਲਾਅ ਆਫ ਅਟਰੈਕਸ਼ਨ ਵਿੱਚ ਸਭ ਤੋਂ ਚੀਜ਼ ਜਿਹੜੀ ਜ਼ਿਆਦਾ ਮੈਟਰ ਕਰਦੀ ਆ ਉਹ ਹੈਗਾ ਮਾਈਂਡਸੈਟ ਜਦ ਤੱਕ ਤੁਸੀਂ ਖੁਦ ਨਹੀਂ ਆਪਣੇ ਆਪ 'ਚ ਬਲੀਵ ਕਰੋਗੇ ਨਾ ਤਾਂ ਉਹ ਹੋਣੀ ਨਹੀਂ ਤੇ ਸਭ ਤੋਂ ਵੱਡੀ ਚੀਜ਼ ਜੋ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਉਹ ਇਹ ਆ ਕੋਈ ਵੀ ਆਪਣੇ ਆਪ ਤੇ ਲਿਮਿਟੇਸ਼ਨ ਨਾ ਰੱਖੋ ਆਪਣੇ ਦਿਮਾਗ ਵਿੱਚ ਇੱਕ ਪਾਰਟ ਹੁੰਦਾ ਜਿਹਨੂੰ ਸਬਕੌਂਸ਼ੀਅਸ ਮਾਈਂਡ ਕਹਿੰਦੇ ਨੇ ਸੋ ਜੋ ਸਬਕੌਂਸ਼ੀਅਸ ਮਾਈਂਡ ਆ ਨਾ ਉਹ ਹਮੇਸ਼ਾ ਆਨ ਰਹਿੰਦਾ ਉਹ ਕਦੇ ਬੰਦ ਨਹੀਂ ਹੁੰਦਾ ਲਿਟਰਲੀ ਜੋ ਤੁਸੀਂ ਸੁੱਤੇ ਵੀ ਪਏ ਹੋ ਨਾ ਉਹ ਚੱਲਦਾ ਰਹਿੰਦਾ ਇਕੱਲਾ ਇਕੱਲਾ ਵਿਚਾਰ ਸਬਕੌਂਸ਼ੀਅਸ ਮਾਈਂਡ ਨੂੰ ਯਾਦ ਰਹਿੰਦਾ ਤੇ ਉਹਨੂੰ ਪਤਾ ਨਹੀਂਗਾ ਵੀ ਰਿਐਲਿਟੀ ਤੇ ਇਮੇਜਿਨੇਸ਼ਨ ਵਿੱਚ ਕੀ ਫਰਕ ਆ ਸੋ ਜਿੰਨਾ ਜ਼ਿਆਦਾ ਤੁਸੀਂ ਵਧੀਆ ਵਿਚਾਰ ਸੋਚੋਗੇ ਵਧੀਆ ਇਮੇਜਿਨ ਕਰੋਗੇ ਵਧੀਆ ਫੀਲ ਕਰੋਗੇ ਉਹਨਾ ਬੈਟਰ ਆ ਤੁਹਾਡੇ ਲਈ ਤੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਤਾਂ ਪਤਾ ਨਹੀਂਗਾ ਵੀ ਇਹ ਰੀਅਲ ਆ ਜਾਂ ਉਦਾਂ ਹੀ ਤੁਸੀਂ ਇਮੇਜਿਨ ਕਰ ਰਹੇ ਹੋ ਉਹਨੂੰ ਤਾਂ ਰੀਅਲ ਹੀ ਲੱਗੂਗਾ ਕੋਈ ਵੀ ਚੀਜ਼ ਤੁਸੀਂ ਮੈਨੀਫੈਸਟ ਕਰਨਾ ਚਾਹੁੰਦੇ ਹੋ ਲਾਈਫ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਯਾਦ ਰੱਖੋ ਕਿ ਕੋਈ ਲਿਮਿਟੇਸ਼ਨ ਨਹੀਂ ਹੈਗੀ ਕੋਈ ਲਿਮਿਟ ਨਹੀਂ ਹੈਗੀ ਤੁਹਾਡੇ ਤੇ ਤੁਸੀਂ ਲਿਮਟਲੈਸ ਬੰਦੇ ਹੋ ਕੋਈ ਵੀ ਚੀਜ਼ ਤੁਸੀਂ ਕਰ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਆਪਦੀ ਲਾਈਫ ਚ ਅਟਰੈਕਟ ਕਰ ਸਕਦੇ ਹੋ ਇਹ ਚੀਜ਼ ਬਿਲਕੁਲ ਮੈਟਰ ਨਹੀਂ ਕਰਦੀ ਕਿ ਤੁਸੀਂ ਮੁੰਡਾ ਜਾਂ ਕੁੜੀ ਬਜ਼ੁਰਗ ਹੋ ਜਾਂ ਜਵਾਨ ਹੋ ਤੁਸੀਂ ਕਿਹੜੀ ਤੁਹਾਡੀ ਨੈਸ਼ਨੈਲਿਟੀ ਹੈ ਕਿੱਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਆਪਦੇ ਆਪ ਤੇ ਤੁਸੀਂ ਲਿਮਿਟੇਸ਼ਨ ਨਾ ਲਾਓ ਇੰਪੋਸੀਬਲ ਉਹ ਹੀ ਚੀਜ਼ ਆ ਜਿਹੜੀ ਤੁਸੀਂ ਖੁਦ ਆਪ ਦਾ ਇਆਪ ਨੂੰ ਕਹੋਗੇ ਵੀ ਆ ਇੰਪੋਸੀਬਲ ਆ एवरीथिंग ਇਜ਼ ਪੋਸੀਬਲ ਤੁਸੀਂ ਕੋਈ ਵੀ ਚੀਜ਼ ਅਟਰੈਕਟ ਕਰ ਸਕਦੇ ਹੋ ਚਾਹੇ ਉਹ ਵੱਡਾ ਘਰ ਹੋਵੇ ਕੈਰੀਅਰ ਰਿਲੇਸ਼ਨਸ਼ਿਪ ਮਨੀ ਵਧੀਆ ਗੱਡੀ ਕੋਈ ਵੀ ਚੀਜ਼ ਚਾਹੇ ਮਟੀਰੀਅਲਿਸਟਿਕ ਚੀਜ਼ਾਂ ਹੋਣ ਚਾਹੇ ਹੋਰ ਚੀਜ਼ਾਂ ਹੋਣ ਚਾਹੇ ਹੈਲਥ ਨਾਲ ਰਿਲੇਟਡ ਚੀਜ਼ਾਂ ਹੋਣ ਕੋਈ ਵੀ ਚੀਜ਼ ਪੋਸੀਬਲ ਆ ਇਹ ਸਾਰਾ ਕੁਝ ਤੁਹਾਡੇ ਤੇ ਆ ਵੀ ਤੁਸੀਂ ਆਪਦੇ ਆਪ ਵਿੱਚ ਬਲੀਵ ਕਰਦੇ ਹੋ ਕਿਦਾਂ ਦਾ ਤੁਹਾਡਾ ਮਾਈਂਡ ਸੈਟ ਆ ਹੁਣ ਐਕਚੁਅਲ ਵਿੱਚ ਤੁਸੀਂ ਕੋਈ ਸਪੈਸੀਫਿਕ ਚੀਜ਼ ਅਟਰੈਕਟ ਕਰਨਾ ਚਾਹੁੰਦੇ ਹੋ ਆਪਦੀ ਲਾਈਫ ਵਿੱਚ ਤਾਂ ਕਿਵੇਂ ਕਰੋਗੇ ਕਿ ਮੈਂ ਲਾਅ ਆਫ ਅਟਰੈਕਸ਼ਨ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੋ ਸਭ ਤੋਂ ਪਹਿਲੀ ਚੀਜ਼ ਜਿੱਥੇ ਜੋ ਮੈਟਰ ਕਰਦੀ ਆ ਉਹ ਹੈਗੀ ਆ ਕਿ ਤੁਹਾਨੂੰ ਕਲੀਅਰ ਹੋਣਾ ਪੈਣਾ ਕਿ ਤੁਸੀਂ ਐਕਚੁਅਲ ਵਿੱਚ ਚਾਹੁੰਦੇ ਕੀ ਹੋ ਹੁਣ ਬੰਦਾ ਰੋਜ਼ 50 ਤੋਂ 60000 ਵਿਚਾਰ ਸੋਚਦਾ ਹਨਾ ਆਪਦੇ ਮਨ ਵਿੱਚ ਸੋ ਪਹਿਲਾਂ ਤੁਹਾਨੂੰ ਕਲੀਅਰ ਹੋਣਾ ਪੈਣਾ ਕਿ ਤੁਸੀਂ ਚਾਹੁੰਦੇ ਕੀ ਹੋ ਬੰਦੇ ਦੀ ਹਮੇਸ਼ਾ ਬਹੁਤ ਸਾਰੀ ਮੰਗ ਹੁੰਦੀ ਹੈ ਮੈਨੂੰ ਆ ਵੀ ਮਿਲ ਜਾਏ ਆ ਵੀ ਮਿਲ ਜਾਏ ਪਰ ਇੱਕ ਚੀਜ਼ ਤੇ ਫੋਕਸ ਕਰੋ ਤੇ ਉਹਤੇ ਹੀ ਫੋਕਸ ਰੱਖੋ ਜੋ ਤੁਸੀਂ ਪੂਰੇ ਕਲੀਅਰ ਹੋ ਗਏ ਵੀ ਤੁਸੀਂ ਕੀ ਚਾਹੁੰਦੇ ਹੋ ਈਵਨ ਦੋ ਚਾਹੇ ਇੱਕ ਪੇਪਰ ਤੇ ਲਿਖ ਦੋ ਹਨਾ ਵੀ ਆਹ ਚੀਜ਼ ਤੁਸੀਂ ਮੈਨੀਫੈਸਟ ਕਰਨਾ ਚਾਹੁੰਦੇ ਹੋ ਪ੍ਰੈਜ਼ੈਂਟ ਫਾਰਮ ਵਿੱਚ ਵੀ ਜਿੱਦਾਂ ਕਿ ਇਹ ਚੀਜ਼ ਤੁਹਾਡੇ ਕੋਲ ਆਲਰੇਡੀ ਹੈਗੀ ਆ ਇਦਾਂ ਨਾ ਸੋਚੋ ਵੀ ਉਹ ਚੀਜ਼ ਹਜੇ ਤੁਹਾਡੀ ਲਾਈਫ ਚ ਆਉਣੀ ਆ ਹਮੇਸ਼ਾ ਇਦਾਂ ਹੀ ਸੋਚਿਆ ਕਰੋ ਕਿ ਉਹ ਤੁਹਾਡੇ ਕੋਲ ਆਲਰੇਡੀ ਹੈਗੀ ਆ ਦੂਜੀ ਚੀਜ਼ ਜੋ ਤੁਸੀਂ ਕਰਨੀ ਆ ਜੋ ਤੁਸੀਂ ਕਲੀਅਰ ਹੋਗੇ ਨਾ ਹਾਂ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਚੀਜ਼ ਤੁਸੀਂ ਚਾਹੁੰਦੇ ਹੋ ਦੂਜਾ ਸਟੈਪ ਆ ਜੋ ਉਹ ਇਹ ਆ ਇਮੇਜੀਨੇਸ਼ਨ ਤੇ ਫੀਲਿੰਗ ਜੇ ਉਹ ਚੀਜ਼ ਤੁਹਾਡੇ ਕੋਲ ਹੁਣ ਹੁੰਦੀ ਤਾਂ ਤੁਸੀਂ ਕਿੱਦਾਂ ਫੀਲ ਕਰਦੇ ਜਦੋਂ ਕੋਈ ਵੀ ਚੀਜ਼ ਤੁਹਾਡੇ ਨਾਲ ਨਹੀਂ ਹੁੰਦੀ ਆ ਲਾਈਫ ਚ ਤੁਸੀਂ ਕੋਈ ਨਾ ਕੁਝ ਫੀਲ ਕਰਦੇ ਹੋ ਸੋ ਜਿਹੜੀ ਵੀ ਚੀਜ਼ ਤੁਸੀਂ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਹੁਣ ਜਿਹੜਾ ਪਹਿਲਾ ਸਟੈਪ ਤੁਸੀਂ ਕੀਤਾ ਵੀ ਕਲੀਅਰ ਹੋ ਗਏ ਵੀ ਕੀ ਚਾਹੁੰਦੇ ਹੋ ਉਹਨੂੰ ਇਮੇਜਿੰਗ ਕਰੋ ਹੁਣ ਜਿੱਦਾਂ ਕਿ ਆਪਾਂ ਪਹਿਲਾਂ ਕਿਹਾ ਸਬਕੌਂਸ਼ੀਅਸ ਮਾਈਂਡ ਆ ਉਹ ਹਮੇਸ਼ਾ ਉਹ اندر ਰਹਿਦਾ ਹਰ ਰਾਤ ਸੌਣ ਤੋਂ ਪਹਿਲਾਂ ਤੁਸੀਂ ਆਪਦੇ ਸਬਕੌਨਸ਼ੀਅਸ ਮਾਈਂਡ ਵਿੱਚ ਥਾਟ ਭੇਜਣੇ ਨੇ ਤੁਸੀਂ ਹਰ ਰਾਤ ਸੌਣ ਤੋਂ ਪਹਿਲਾਂ ਆਪਦੇ ਦਿਮਾਗ ਵਿੱਚ ਇਮੇਜਿੰਗ ਕਰਨਾ ਹੁੰਦਾ ਕਿਉਂਕਿ ਯੂਜੂਅਲੀ ਰਾਤ ਨੂੰ ਬੰਦਾ ਸੌਣ ਤੋਂ ਪਹਿਲਾਂ ਆਪਦਾ ਸਾਰਾ ਦਿਨ ਇਮੇਜਿੰਗ ਕਰਦਾ ਹੁੰਦਾ ਜਾਂ ਉਦੋਂ ਆਪਦੀਆਂ ਪ੍ਰੋਬਲਮਾਂ ਇਮੇਜਿੰਗ ਕਰਦਾ ਹੁੰਦਾ ਉਦੋਂ ਤੁਸੀਂ ਇਹ ਚੀਜ਼ ਇਮੇਜਿੰਗ ਕਰਨੀ ਹੈ ਜੋ ਤੁਸੀਂ ਮੈਨੀਫੈਸਟ ਕਰਨਾ ਚਾਹੁੰਦੇ ਹੋ ਹੁਣ ਜਿਵੇਂ ਮੇਰੇ ਐਗਜ਼ਾਮਪਲ ਵਿੱਚ ਆ 2023 ਵਿੱਚ ਇੱਕ ਤਾਂ ਮੈਂ ਬਹੁਤ ਸਾਰੀ ਟਰੈਵਲਿੰਗ ਕਰਨਾ ਚਾਹੁੰਦਾ ਸੀ ਇੱਕ ਮੈਂ ਓਵਰਆਲ ਆਪਦੇ ਸੋਸ਼ਲ ਮੀਡੀਆ ਪਲੈਟਫਾਰਮ ਫਾਰਮ ਅੱਗੇ ਵਧਾਉਣਾ ਚਾਹੁੰਦਾ ਸੀ ਮੇਨਲੀ YouTube ਐਂਡ Instagram ਤੇ ਦੋਨੋਂ ਚੀਜ਼ਾਂ ਹੋਈਆਂ ਚਾਹੇ ਤੁਸੀਂ ਪਿਛਲੇ ਸਾਲ ਵਾਲੀਆਂ ਵੀਡੀਓ ਦੇਖ ਲਓ ਮੈਂ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਕੰਟਰੀਸ ਟਰੈਵਲ ਕੀਤੇ ਯੂਰਪ ਦੇ ਇਟਲੀ ਹੋ ਗਿਆ ਫਰਾਂਸ ਹੋ ਗਿਆ ਜਰਮਨੀ ਹੋ ਗਿਆ ਸਵਿਟਜ਼ਰਲੈਂਡ ਆਸਟਰੀਆ ਤੇ ਹੈਰਾਨੀ ਵਾਲੀ ਗੱਲ ਜੋ ਮੈਨੂੰ ਲੱਗੀ ਉਹ ਇਹ ਸੀ ਕਿ ਐਕਚੁਅਲ ਵਿੱਚ ਮੈਨੂੰ ਕੁੰਮਨ ਫਰੰਦਾ ਟ੍ਰੈਵਲ ਕਰਨ ਦੇ ਮੌਕੇ ਬਹੁ ਮਿਲੇ ਨੇ ਜੋ ਮੈਂ ਐਕਸਪੈਕਟ ਵੀ ਨਹੀਂ ਕਰਦਾ ਸੀ ਨਾ ਜਿਹੜੀ ਚੀਜ਼ ਪਲਾਨ ਵੀ ਨਹੀਂ ਕੀਤੀ ਸੀ ਉਹ ਵੀ ਅਚਾਨਕ ਹੋ ਜਾਂਦੀ ਸੀ ਮਤਲਬ ਮੈਨੂੰ ਜਾਦੇ ਓਪਰਚੁਨਿਟੀਆਂ ਦਿਖੀਆਂ ਓਪਰਚੁਨਿਟੀਆਂ ਥੋੜੇ ਸਾਹਮਣੇ ਆਉਣ ਗਿਆ ਬਾਕੀ ਥੋੜੇ ਤੇ ਆ ਓਪਰਚੁਨਿਟੀ ਦਾ ਫਾਇਦਾ ਉਠਾਉਣਾ ਜਾਂ ਨਹੀਂ ਤੇ ਬਾਕੀ ਸੋਸ਼ਲ ਮੀਡੀਆ ਦੀ ਗੱਲ ਕਰੀਏ 2023 ਦੇ ਸ਼ੁਰੂਆਤ ਵਿੱਚ ਮੇਰੇ 2600 ਸਬਸਕ੍ਰਾਈਬਰ ਸੀਗੇ ਤੇ 2023 ਦੇ ਹਣ ਤੱਕ ਮੇਰੇ 59000 ਹੋ ਗਏ ਸੀ ਤੇ ਅਰਾਊਂਡ ਜੂਨ ਵਿੱਚ ਮੈਂ ਇੱਕ ਵੀਡੀਓ ਪਾਈ ਸੀ ਦ ਸੀਕਰਟ ਤੇ ਦ ਸੀਕਰਟ ਬੇਸਿਕਲੀ ਬੁੱਕ ਹਾਊ ਵੀ ਲਾਫ ਅਟਰੈਕਸ਼ਨ ਬਾਰੇ ਗੱਲ ਕਰਦੀ ਆ ਜੇ ਤੁਹਾਨੂੰ ਬੁੱਕਸ ਪੜ੍ਹਨੀਆਂ ਪਸੰਦ ਨੇ ਤਾਂ ਤੁਸੀਂ ਉਹ ਬੁੱਕ ਪੜ੍ਹ ਸਕਦੇ ਹੋ ਨਹੀਂ ਤਾਂ ਉਹ ਮੇਰੀ ਵੀਡੀਓ ਦੇਖ ਸਕਦੇ ਹੋ ਮੈਂ ਪੰਜਾਬੀ ਵਿੱਚ ਰਿਵਿਊ ਕੀਤਾ ਹੋਇਆ ਸੋ ਦ ਸੀਕਰਟ ਤੇ ਮੈਂ ਇੱਕ ਵੀਡੀਓ ਪਾਈ ਸੀ ਤੇ ਉਦੋਂ ਨਾ ਮੇਰੇ 8000 ਸਬਸਕ੍ਰਾਈਬਰ ਹੁੰਦੇ ਸੀ ਜੂਨ ਦਾ ਮਹੀਨਾ ਜੂਨ 2013 ਤੇ ਉਹ ਵੀਡੀਓ ਵਿੱਚ ਮੈਂ ਕਿਹਾ ਸੀਗਾ ਕਿ ਹੁਣ ਤੋਂ ਐਗਜ਼ੈਕਟਲੀ 1 ਸਾਲ ਬਾਅਦ ਮੇਰੇ 1 ਲੱਖ ਸਬਸਕ੍ਰਾਈਬਰ ਹੋ ਜਾਣਗੇ ਤੇ ਐਗਜ਼ੈਕਟਲੀ ਹੁਣ ਜਨਵਰੀ 2024 ਆ ਕੁਝ ਕੁ ਮਹੀਨੇ ਹਜੇ ਰਹਿੰਦੇ ਨੇ ਜੂਨੋਂ ਨੂੰ ਪਰ ਸਮਾਰ 2024 ਤੱਕ ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਆਲਮੋਸਟ 60000 ਹੋ ਸਬਸਕ੍ਰਾਈਬਰ ਹੋਣ ਵਾਲੇ ਨੇ ਸੋ ਆਪਾਂ ਉਹ ਡਾਇਰੈਕਸ਼ਨ ਵਿੱਚ ਜਾ ਰਹੇ ਆ ਤੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਜੂਨ 2024 ਤੱਕ ਆਪਣੇ 1 ਲੱਖ ਹੋ ਜਾਣ ਨੇ ਜਿਹੜਾ 1 ਲੱਖ ਹੋਏ ਤੇ ਸਿਲਵਰ ਰਿਪਲੇਅ ਬਟਨ ਮਿਲਦਾ ਉਹ ਮੈਂ ਲੈ ਕੇ ਬੈਠਾ ਹੋਊਗਾ ਇੱਥੇ ਕਿਉਂਕਿ ਐਕਚੁਅਲ ਵਿੱਚ ਮੈਂ ਆਪਦੇ ਆਪ ਵਿੱਚ ਬਲੀਵ ਕਰਦਾ ਮੈਨੂੰ ਪਤਾ ਵੀ ਮੈਂ ਕਰ ਸਕਦਾ ਮੈਂ ਤੁਹਾਨੂੰ ਹੁਣ ਵੀ ਸੇਮ ਚੀਜ਼ ਕਰਨਾ ਵੀ ਹੋ ਜਾਣ ਨੇ ਸੋ ਤੁਸੀਂ ਵੀ ਕੋਈ ਵੀ ਚੀਜ਼ ਮੈਨੀਫੈਸਟ ਕਰਦੇ ਹੋ ਹਮੇਸ਼ਾ ਇਹੀ ਮਾਈਂਡ ਸੈਟ ਰੱਖਿਆ ਕਰੋ ਵੀ ਉਹ ਚੀਜ਼ ਪੋਸੀਬਲ ਆ ਤੇ ਐਕਚੁਅਲ ਵਿੱਚ ਤੁਸੀਂ ਕਰ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਚਾਹੁੰਦੇ ਹੋ ਉਹਨੂੰ ਇੱਕ ਤਾਂ ਇਮੇਜਿਨ ਕਰਿਆ ਕਰੋ ਤੇ ਇੱਕ ਫੀਲ ਕਰਿਆ ਕਰੋ ਹੁਣ ਸੋਚੋ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਜੇ ਆਲਰੇਡੀ ਤੁਹਾਡੇ ਕੋ ਹੋਵੇ ਤੁਸੀਂ ਕਿੱਦਾਂ ਫੀਲ ਕਰੋ ਆਬਵੀਅਸਲੀ ਤੁਸੀਂ ਖੁਸ਼ ਹੋਵੋਗੇ ਜ਼ਿਆਦਾਤਰ ਚੀਜ਼ਾਂ ਇੱਕ ਹੀ ਫੀਲਿੰਗ ਨਾ ਬੰਦਾ ਰਿਲੇਟ ਕਰਦਾ ਉਹ ਹੈਗਾ ਖੁਸ਼ੀ ਵਾਲੀ ਫੀਲਿੰਗ ਬੰਦਾ ਖੁਸ਼ ਹੋਣਾ ਚਾਹੁੰਦਾ ਤੇ ਮੋਸਟ ਆਫ ਦਾ ਟਾਈਮ ਜਿਹੜੀ ਬੰਦੇ ਦੀ ਮੰਗ ਹੁੰਦੀ ਆ ਨਾ ਜਿਹੜੀ ਬਹੁਤ ਉਹ ਅੰਦਰੋਂ ਚੀਜ਼ ਚਾਹੁੰਦਾ ਹੁੰਦਾ ਉਹ ਇਹੀ ਮੇਨਲੀ ਇਮੋਸ਼ਨ ਕਰਕੇ ਹੁੰਦਾ ਵੀ ਬਾਅਦ ਚ ਮੈਂ ਖੁਸ਼ੀ ਫੀਲ ਕਰਾਂ ਸੋ ਜੇ ਤੁਸੀਂ ਆਲਰੇਡੀ ਪਹਿਲਾਂ ਹੀ ਉਹਦਾ ਫੀਲ ਕਰ ਸਕਦੇ ਹੋ ਪਰ ਉਹ ਚੀਜ਼ ਹਜੇ ਵੀ ਤੁਹਾਡੀ ਲਾਈਫ ਚ ਆਈ ਨਹੀਂ ਪਰ ਤੁਸੀਂ ਪਹਿਲਾਂ ਹੀ ਉਹਦਾ ਫੀਲ ਕਰੋਗੇ ਨਾ ਜਿਵੇਂ ਆਲਰੇਡੀ ਉਹ ਹੈਗੀ ਆ ਉਹ ਇੱਕ ਤਰ੍ਹਾਂ ਤੁਸੀਂ ਉਹ ਚੀਜ਼ ਨੂੰ ਬੂਸਟ ਅਪ ਕਰੋਗੇ ਉਹ ਚੀਜ਼ ਛੇਤੀ ਹੋਊਗੀ ਕੋਈ ਵੀ ਚੀਜ਼ ਤੁਸੀਂ ਮੈਨੀਫੈਸਟ ਕਰੋਗੇ ਉਹ ਛੇਤੀ ਆਊਗੀ ਤੁਹਾਡੇ ਵੱਲ ਸੋ ਪਹਿਲਾਂ ਤਾਂ ਤੁਸੀਂ ਕਲੀਅਰ ਹੋ ਜਾਣਾ ਵੀ ਤੁਸੀਂ ਕਿਹੜੀ ਚੀਜ਼ ਮੈਨੀਫੈਸਟ ਕਰਨਾ ਚਾਹੁੰਦੇ ਹੋ ਦੂਜਾ ਸਟੈਪ ਇਹ ਆ ਇਮੇਜਿਨੇਸ਼ਨ ਤੇ ਫੀਲਿੰਗ ਇਮੇਜਿਨ ਕਰਿਆ ਕਰੋ ਤੇ ਨਾਲ ਫੀਲ ਵੀ ਕਰਿਆ ਕਰੋ ਕੀ ਕਰੋਗੇ ਜੇ ਤੁਹਾਡੇ ਕੋਲ ਆਲਰੇਡੀ ਉਹ ਚੀਜ਼ ਹੁੰਦੀ ਤੇ ਜੋ ਤੀਜਾ ਤੇ ਆਖਰੀ ਸਟੈਪ ਆ ਉਹ ਹੈਗਾ ਵੀ ਐਕਸ਼ਨ ਲੋ ਹੁਣ ਜਿਵੇਂ ਮੈਂ ਕਿਹਾ ਵੀ ਮੇਰਾ ਗੋਲ ਹੈਗਾ ਨਾ ਵੀ 1 ਲੱਖ ਸਬਸਕ੍ਰਾਈਬਰ ਆਪਾਂ ਹਿੱਟ ਕਰਨਾ ਹੁਣ ਇਹ ਜਿਹੜਾ ਮੈਂ ਗੋਲ ਰੱਖਿਆ ਓਬਵੀਅਸਲੀ ਮੈਨੂੰ ਬਹੁਤ ਹੁਣ ਓਪਰਚੁਨਿਟੀਆਂ ਵੀ ਬਹੁਤ ਮਿਲਦੇ ਨੇ ਹੋਰ ਵੀ ਬਹੁਤ ਚੀਜ਼ਾਂ ਕਰਨ ਦੇ ਹਨਾ ਮੌਕੇ ਮਿਲਦੇ ਨੇ ਪਰ ਹੁਣ ਜਿੱਦਾਂ ਕਿ ਮੈਂ ਕਿਹਾ ਮੇਰਾ ਗੋਲ ਸੀਗਾ ਵੀ 1 ਲੱਖ ਹੁਣ ਸਬਸਕ੍ਰਾਈਬਰ ਆਪਾਂ ਬਣਾਉਣ ਲੇ ਪਰ ਹੁਣ ਜੇ ਮੈਂ ਕੋਈ ਵੀਡੀਓ ਹੀ ਨਾ ਪਾਵਾਂ ਮੈਂ ਪੋਸਟ ਹੀ ਨਾ ਕਰਾਂ ਮੈਂ ਬਸ ਆਏ ਕਹੀ ਜਾ ਮੈਂ ਬਸ ਮੈਂ ਸੋਚ ਲਿਆ ਮੈਂ ਇਮੇਜਿਨ ਵੀ ਕਰ ਲਿਆ ਆਪੀ ਹੋ ਜੋ ਇਹ ਵੀ ਗਲਤ ਚੀਜ਼ ਆ ਇਹ ਵੀ ਨਹੀਂ ਤੁਸੀਂ ਮਾਈਂਡ ਸੈਟ ਰੱਖਣਾ ਤੁਸੀਂ ਪੋਜ਼ਿਟਿਵ ਸੋਚ ਪੋਜ਼ਿਟਿਵ ਥਿੰਕਿੰਗ ਨਾਲ ਤੁਹਾਡੇ ਰਾਹ ਖੁੱਲ ਜਾਂਦੇ ਨੇ ਤੁਹਾਨੂੰ ਰਾਹ ਦਿਖਣ ਲੱਗ ਜਾਂਦਾ ਵੀ ਅੱਗੇ ਕਿੱਥੇ ਜਾਣਾ ਪਰ ਇਦਾਂ ਨਹੀਂਗਾ ਤੁਸੀਂ ਚੁੱਪ ਕਰਕੇ ਉੱਥੇ ਰਿਲੈਕਸ ਹੋ ਕੇ ਬਹਿ ਜਾਣਾ ਥੋੜੇ ਬਹੁਤ ਹੀ ਤੁਹਾਡੇ ਵੱਲੋਂ ਐਕਸ਼ਨ ਤਾਂ ਚਾਹੀਦਾ ਜੇ ਮੈਂ ਹੁਣ ਕੁਝ ਨਾ ਕਰਦਾ ਜੇ ਮੈਂ ਇਹ ਵੀਡੀਓ ਨਾ ਪਾਉਂਦਾ ਜੇ ਮੈਂ ਕਦੇ ਕੋਈ ਵੀਡੀਓ ਨਾ ਪਾਉਂਦਾ ਮੈਂ ਅੱਜ ਇੱਥੇ ਹੋਣਾ ਹੀ ਨਹੀਂ ਸੀ ਸੋ ਤੁਸੀਂ ਦੇਖਦੇ ਹੋ ਜਿਹੜੀ ਚੀਜ਼ ਚਾਹੁੰਦੇ ਹੋ ਉਹਦੇ ਨਾਲ ਰਿਲੇਟਡ ਕੋਈ ਨਾ ਕੋਈ ਐਕਸ਼ਨ ਤੁਹਾਡੇ ਵੱਲੋਂ ਚਾਹੀਦਾ ਪਰ ਜੇ ਤੁਸੀਂ ਆਹ ਤਿੰਨ ਚੀਜ਼ਾਂ ਇਕੱਠੀਆਂ ਕਰਦੇ ਹੋ ਮੈਨੀਫੈਸਟ ਕਰ ਲਈ ਤੇ ਐਕਚੁਅਲ ਵਿੱਚ ਤੁਸੀਂ ਆਪਦੇ ਵੱਲੋਂ ਪੂਰੇ ਪੋਜ਼ਿਟਿਵ ਹੋ ਪੂਰੇ ਪਿਓਰ ਇੰਟੈਂਸ਼ਨ ਨੇ ਆਪਦੇ ਆਪ ਵਿੱਚ ਪੂਰਾ ਬਲੀਵ ਕਰਦੇ ਹੋ ਐਕਸ਼ਨ ਵੀ ਤੁਸੀਂ ਲਿਆ ਤਾਂ ਕੋਈ ਚੀਜ਼ ਅੱਧਾ ਦੀ ਹੈ ਨਹੀਂ ਜੋ ਰੋਕ ਸਾਦੀ ਆ ਉਹ ਚੀਜ਼ ਹੋਣ ਤੋਂ ਪੱਕਾ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਮਿਲੋ ਹੀ ਗਏ ਪਰ ਤੁਹਾਡੇ ਤੇ ਆ ਤੁਸੀਂ ਆਪਦੇ ਆਪ ਵਿੱਚ ਕਿੰਨਾ ਬਲੀਵ ਕਰਦੇ ਹੋ ਤੇ ਇੱਕ ਚੀਜ਼ ਜੋ ਮੈਂ ਹੋਰ ਇਥੇ ਐਡ ਕਰਨਾ ਚਾਹੁੰਦਾ ਸੀ ਉਹ ਇਹ ਆ ਵੀ ਪਹਿਲਾਂ ਨਾ ਬੱਡੀਆਂ ਚੀਜ਼ਾਂ ਤੋਂ ਨਾ ਸ਼ੁਰੂ ਕਰੋ ਹਜੇ ਜੋ ਤੁਸੀਂ ਮੈਨੀਫੈਸਟ ਕਰਨਾ ਸ਼ੁਰੂਆਤ ਚ ਛੋਟੇ ਛੋਟੇ ਚੀਜ਼ਾਂ ਤੋਂ ਮੈਨੀਫੈਸਟ ਕਰਨਾ ਸ਼ੁਰੂ ਕਰੋ ਹੁਣ ਮੈਂ ਵੀ ਛੋਟੇ ਛੋਟੇ ਚੀਜ਼ਾਂ ਤੋਂ ਮੈਨੀਫੈਸਟ ਕਰਨਾ ਸ਼ੁਰੂ ਕੀਤਾ ਸੀ ਹੌਲੀ ਹੌਲੀ ਜੋ ਜੋ ਬੰਦੇ ਦਾ ਐਕਸਪੀਰੀਅੰਸ ਵਧੀ ਜਾਂਦਾ ਹਨਾ ਜੋ ਜੋ ਇਹ ਚੀਜ਼ ਤੁਹਾਡੇ ਲਈ ਨਾਰਮਲ ਹੁੰਦੀ ਗਈ ਤੁਸੀਂ ਹੋਰ ਆਪਦੇ ਆਪ ਵਿੱਚ ਬਲੀਵ ਕਰੋਗੇ ਕਿਉਂਕਿ ਜੇ ਤੁਸੀਂ ਪਹਿਲਾਂ ਹੀ ਕੋਈ ਵੱਡੀ ਚੀਜ਼ ਮੰਗ ਲਈ ਪਰ ਤੁਸੀਂ ਹਜੇ ਆਪਦੇ ਆਪ ਵਿੱਚ ਵੀ ਨਹੀਂ ਬਲੀਵ ਕਰਦੇ ਅੰਦਰੋਂ ਅੰਦਰੋਂ ਤੁਹਾਨੂੰ ਐਂ ਲੱਗਦਾ ਵੀ ਇਹ ਚੀਜ਼ ਹੋਣੀ ਨਹੀਂ ਤਾਂ ਫਿਰ ਉਹ ਹੋਣੀ ਵੀ ਨਹੀਂ ਤਾਂ ਕਰਕੇ ਛੋਟੇ ਛੋਟੇ ਚੀਜ਼ਾਂ ਤੋਂ ਸ਼ੁਰੂ ਕਰੋ ਤੇ ਜੋ ਜੋ ਆ ਨੀਰ ਵਿਵਾਦਾ ਗਿਆ ਤੁਸੀਂ ਹੋਰ ਵੱਡੀ ਚੀਜ਼ ਮੈਨੀਫੈਸਟ ਕਰ ਸਕਦੇ ਹੋ ਸੋ ਆ ਸੀਗੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ